ਗੀਤ ਨਾਲ ਹੀ ਪੇਸ਼ ਕਰਨ ਲੱਗਿਆ ਸੁਣ ਨਜ਼ਰਾ ਗੌਰ ਨਾਲ ਇਹ ਗੀਤ ਇਸ ਤਰ੍ਹਾਂ ਹੈ ਬਈ ਇੱਕ 65 ਸਾਲ ਦੇ ਬਾਬੇ ਦੇ ਘਰੇ ਇੱਕ ਕਾਕਾ ਪੈਦਾ ਹੋ ਜਾਂਦਾ ਹਾਂ ਧਿਆਨ ਦੇਣਾ ਕਾਕਾ ਜੇ ਤਾਂ ਪਹਿਲਾ ਹੁੰਦਾ ਫਿਰ ਲੋਕ ਕਹਿੰਦੇ ਵੀ ਰੱਬ ਦੇ ਘਰ ਦੇਰ ਹੈ ਨੇਰ ਨਹੀਂ ਪਰ ਪਹਿਲਾ ਕਾਕਾ ਨਹੀਂ ਹੈ ਇਹ ਕਾਕਾ ਦੂਜਾ ਹੈ ਪਹਿਲਾ ਕਾਕਾ ਵਿਆਹਿਆ ਭਰਿਆ ਹੋਇਆ ਤੇ ਜਦੋਂ ਪਹਿਲੇ ਵੱਡੇ ਮੁੰਡੇ ਨੂੰ ਪਤਾ ਲੱਗਾ ਬਈ ਘਰੇ ਇੱਕ ਭਾਈ ਹੋਰ ਜੰਮ ਪਿਆ ਉਹ ਉਦਾਸ ਬੈਠਾ ਉਹਦੇ ਘਰ ਵਾਲੀ ਉਹਨੂੰ ਪੁੱਛਦੀ ਆ ਵੀ ਤੂੰ ਕਿਉਂ ਉਦਾਸ ਹੈ ਤੂੰ ਕਿਹੜੀਆਂ ਸੋਚਾਂ 'ਚ ਪਿਆ ਹੋਇਆ ਉਹ ਕਹਿੰਦਾ ਭਲੀਏ ਲੋਕੇ ਮੈਂ ਤਾਂ ਸਿਰਫ ਇਹ ਸੋਚਦਾ ਬਈ ਵਿਆਹ ਸਾਡਾ ਹੋਇਆ ਸੀ ਤੇ ਕਾਕਾ ਬਾਪੂ ਹੋਰਾਂ ਦੇ ਹੋ ਗਿਆ ਹਾਂਜੀ ਉਹਦੇ ਘਰ ਵਾਲੀ ਮਸ਼ਕਰੀ ਦੇ ਮੂਡ ਦੇ ਵਿੱਚ ਹੈ ਤੇ ਉਹ ਵਿਚਾਰਾ ਆਪਣੀ ਜ਼ਮੀਨ ਦੀ ਵੰਡ ਵੱਲੋਂ ਦੁਖੀ ਹੈ ਸੁਣਨਾ ਜ਼ਰਾ ਗੌਰ ਨਾਲ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਹੈ ਪਵੇ ਪੰਜੀਰੀ ਵੱਡੀਏ ਦਿਓਰ ਦੀਏ ਪਰ ਜਾਈਏ ਨੀ ਸ਼ਰੀਕ ਜੰਮ ਪਿਆ ਬਿੱਲੋ ਹੁਣ ਕੀ ਇਲਾਜ ਬਣਾਈਏ ਸ਼ਰੀਕ ਜੰਮ ਪਿਆ ਬਿੱਲੋ ਹੁਣ ਕੀ ਇਲਾਜ ਬਣਾਈਏ ਡੋਲੂ ਫੜਾ ਦਿੰਦੀ ਸੀ ਲੈ ਬੇਬੇ ਜੀ ਬਾਪੂ ਜੀ ਨੂੰ ਚਾਹ ਦੇ ਆ ਭੇਜ ਲਾ ਚਾਹ ਲੈ ਲਾ ਸਵਾਦ ਬੁੜੇ ਨੇ ਚਾਹ ਦਾ ਛਕਾ ਕੇ ਰੱਖ ਦਿੱਤਾ ਹੋਰ ਬੁੜੀ ਨੂੰ ਭੇਜ ਹਵੇਲੀ ਬਾਪੂ ਨੂੰ ਚਾਹ ਦੇਣ ਬਹਾਨੇ ਸਾਡਾ ਬੁੜਾ ਬੜਾ ਠੱਗ ਹੈ ਤੇਰੇ ਬੁੜੇ ਨਾਲ ਦੋ ਵਾਰੀ ਠੱਗੀ ਮਾਰ ਗਿਆ ਉਹ ਕਿਵੇਂ ਮੈਨੂੰ ਵੀ ਦੱਸ ਪਹਿਲਾਂ ਉਦੋਂ ਜਦੋਂ ਤੇਰਾ ਪਿਓ ਮੈਨੂੰ ਦੇਖਣ ਆਇਆ ਸਾਡਾ ਬੁੜਾ ਕਹਿੰਦਾ ਜੀ 100 ਕਿੱਲੇ ਜ਼ਮੀਨ ਦੀ ਹੈ ਤੇ ਕੱਲਾ ਕੱਲਾ ਮੁੰਡਾ ਹੈ ਹਜੀ ਇਹਦੇ ਹਿੱਸੇ 100 ਕਿੱਲਾ ਜ਼ਮੀਨ ਆਉਂਦੀ ਹੈ 100 ਕਿੱਥੇ ਸੀ 50 ਸੀ ਆਹੋ ਚਲੋ 50 ਨਾਲ ਗੁਜ਼ਾਰਾ ਤਾਂ ਹੋ ਜਾਂਦਾ ਹੁਣ ਤਾਂ ਉਹ ਛੋਟਾ ਆ ਗਿਆ 25 ਰਹਿ ਗਈ ਹੈ ਤੇ ਬੁੜੇ ਦੇ ਅਗਲੇ ਪ੍ਰੋਗਰਾਮ ਦਾ ਪੱਕਾ ਪਤਾ ਨਹੀਂ ਹੈਗਾ ਸ਼ਰੀਕ ਜੰਮ ਪਿਆ ਬਿੱਲੋ ਹੁਣ